ਰਾਜਪੁਰਾ ਦੇ ਕਿਸਾਨ ਮੇਲੇ 'ਚ ਦਸ਼ਮੇਸ਼ ਐਗਰੋ ਗਰੁੱਪ ਵੱਲੋਂ ਵੀ ਪਹੁੰਚੇ ਹੋਏ ਨੇ ਅਮਰਜੀਤ ਜੀ ਸਾਡੇ ਨਾਲ। ਅਮਰਜੀਤ ਜੀ, ਅੱਜ ਜਿਹੜਾ ਹੈਗਾ ਮੇਲਾ ਰਾਜਪੁਰੇ ਦੇ ਵਿੱਚ, ਕਿਸ ਤਰ੍ਹਾਂ ਦੇਖ ਰਹੇ ਹੋ, ਕਿਵੇਂ ਦਾ ਰਿਸਪੋਂਸ ਆ ਅਤੇ ਕੀ ਕੁਝ ਲੈ ਕੇ ਪਹੁੰਚੇ? ਹਾਂਜੀ, ਪਹਿਲਾਂ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ, ਜੋ ਵੀ ਵੀਡੀਓ ਜ਼ਰੀਏ ਮੇਲੇ ਦੇ ਵਿੱਚ ਸ਼ਾਮਿਲ ਹੋਏ ਨੇਗੇ। ਸੋ ਮੇਲਾ ਕਰਾ ਰਹੇ ਆ ਜੀ, ਬ੍ਰਾਈਟ ਮੀਡੀਆ ਵਾਲਿਆਂ ਨੇ ਮੇਲਾ ਕਰਵਾਇਆ। ਪਹਿਲੀ ਵਾਰ ਕਿਸਾਨ ਮੇਲਾ ਹੋਇਆ ਰਾਜਪੁਰੇ ਦੇ ਵਿੱਚ। ਕਿਸਾਨਾਂ ਨੂੰ, ਪੰਜਾਬ ਦੇ ਨਾਲ ਹਰਿਆਣੇ ਨੂੰ ਵੀ ਕਾਫੀ ਉਤਸ਼ਾਹ ਮਿਲਿਆ ਗਾ ਇੱਥੇ, ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਮੇਲੇ 'ਚ। ਸਾਨੂੰ ਉਮੀਦ ਨਹੀਂ ਸੀ ਵੀ ਇੰਨਾ ਇਕੱਠ ਹੋਊਗਾ, ਪਰ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਏ ਨੇ। ਸੋ ਚੰਗੀ ਗੱਲ ਆ, ਕੰਪਨੀਆਂ ਵੀ ਨਵੀਆਂ ਮਸ਼ੀਨਰੀ ਲੈ ਕੇ ਆਈਆਂ ਨੇ, ਹਰ ਕੰਪਨੀ ਨੇ ਆਪਣਾ ਜ਼ੋਰ ਲਾਇਆ ਗਾ। ਆਪਾਂ ਵੀ ਡਬਲ ਥ੍ਰੈਸ਼ਰ ਏਸੀ ਕੰਬਾਈਨ ਲੈ ਕੇ ਆਇਆਂਗੇ, ਸੁਪਰ ਸੀਡਰ, ਰੋਟਾਵੇਟਰ, ਠੀਕ ਹੈ, ਅਤੇ ਸਟੋਰ ਰੀਪਰ ਡਿਸਪਲੇ ਕੀਤਾ ਇੱਥੇ। ਜੋ ਵੀ ਕਿਸਾਨ ਭਰਾ ਨੇ ਉਹਨਾਂ ਲਈ ਆਪਾਂ ਇਹ ਚੀਜ਼ਾਂ ਨਵੀਆਂ ਤੋਂ ਨਵੀਆਂ ਅਪਡੇਟਾਂ ਕਰਕੇ ਲੈ ਕੇ ਆਏ ਹਾਂ। ਹਰਿਆਣਾ ਦੇ ਕਿਸਾਨ ਕਿੰਨੀ ਕੁ ਪਹੁੰਚੇ ਨੇ, ਕਿੰਨੀ ਕੁ ਇਨਕੁਆਇਰੀਜ਼ ਆਈਆਂ ਉਹਨਾਂ ਵੱਲੋਂ, ਅਤੇ ਕਿਸ ਕਿਸ ਚੀਜ਼ ਨੂੰ ਜ਼ਿਆਦਾਤਰ ਉਹਨਾਂ ਨੇ ਜਿਹੜਾ ਹੈਗਾ ਦੇਖਿਆ? ਸੁਪਰ ਸੀਡਰ ਅਤੇ ਕੰਬਾਈਨ ਹਾਰਵੈਸਟਰ ਦਾ ਸੀਜ਼ਨ ਚੱਲ ਰਿਹਾ। ਸੋ ਇਸੇ ਅੱਗੇ ਆਉਣ ਵਾਲਾ, ਹੁਣ ਝੋਨੇ ਦੀ ਕਟਾਈ ਹੋਣੀ ਆ ਅਤੇ ਕਣਕ ਦੀ ਬਿਜਾਈ ਹੋਣੀ ਆ, ਅਤੇ ਕੰਬਾਈਨ ਅਤੇ ਸੁਪਰ ਸੀਡਰ ਦਾ ਕਾਫੀ ਜ਼ਿਆਦਾ ਰਿਸਪੋਂਸ ਆ। ਸੋ ਅੱਗੇ ਜੋ ਆਪਣਾ ਸਟੋਰ ਰੀਪਰ ਆ, ਅੱਗੇ ਤੂੜੀ ਵਾਸਤੇ ਵੀ ਜੋ ਇੱਧਰਲੇ ਕਿਸਾਨ ਨੇ ਕਾਫੀ, ਉਹ ਹੁਣ ਤੋਂ ਜਿਨ੍ਹਾਂ ਨੇ ਸਟੋਰ ਰੀਪਰ ਵੀ ਚੇਂਜ ਕਰਨੇ, ਉਹਨਾਂ ਦਾ ਵੀ ਕਾਫੀ ਇੱਥੇ ਸਾਨੂੰ ਰਿਸਪੋਂਸ ਮਿਲਿਆ ਗਾ। ਜੇ ਗੱਲ ਕਰੀਏ ਇਸ ਮਸ਼ੀਨ ਦੀ, ਗੱਲ ਕਰੀਏ ਆਪਾਂ, ਤਾਂ ਇਹਦਾ ਵੀ ਕਾਫੀ ਇਸ ਵੇਲੇ ਜਿਹੜੇ ਲੋਕ ਨੇ ਉਹ ਪਹੁੰਚੇ ਇਸ ਨੂੰ ਦੇਖਣ ਦੇ ਲਈ, ਇਸ ਦੇ ਉੱਤੇ ਚੱਲ ਰਹੇ ਸੀ। ਇਹ ਕੀ ਹੈ, ਕਿਵੇਂ ਕੰਮ ਕਰਦੀ ਹੈ, ਸਪੈਸ਼ਲੀ ਕਾਹਦੇ ਲਈ ਹੈ? ਇਹ ਮਲਟੀ ਕ੍ਰੋਪ ਕੰਬਾਈਨ ਹਾਰਵੈਸਟਰ ਆ ਜੀ। ਇਹ ਜੋ ਅੱਗੇ ਹੈਡਰ ਲੱਗਿਆ ਹੋਇਆ, ਇਹ ਮੱਕੀ ਕੱਟਣ ਵਾਲਾ, ਜਿਵੇਂ ਮੇਜ਼ ਹੈਡਰ ਕਹਿੰਦੇ ਆਪਾਂ, ਇਹ ਖੜੀ ਮੱਕੀ ਦੀ ਫਸਲ ਨੂੰ ਕੱਟ ਕੇ ਜਿੱਦਾਂ ਕਣਕ ਝੋਨੇ ਦੇ ਦਾਣੇ ਟਰਾਲੀ 'ਚ ਪੈਂਦੇ, ਉੱਦਾਂ ਹੀ ਇਸ ਦੀ ਕਟਾਈ ਹੁੰਦੀ ਆ। ਸੋ ਇਹੀ ਇਹਦਾ ਵਰਕਿੰਗ, ਇੱਥੋਂ ਬਸ ਫਸਲ ਸਿੱਧੀ ਖੜੀ ਫਸਲ ਇਹਨੇ ਕੱਟ ਕੇ ਸਟੋਰ ਕਰ ਦੇਣੀ ਹੈ। ਇਹਦੇ ਲਈ ਵੀ ਕੋਈ ਇਨਕੁਆਇਰੀਜ਼ ਆਈਆਂ, ਕਿਉਂਕਿ ਜਦੋਂ ਆਪਾਂ ਦੇਖ ਰਹੇ ਸੀ ਮੇਲੇ 'ਚ ਆ ਰਹੇ ਸੀ, ਕਾਫੀ ਲੋਕ ਆ ਰਹੇ ਸੀ, ਇਹਦੇ ਨਾਲ ਫੋਟੋਆਂ ਵੀ ਖਿਚਵਾ ਰਹੇ ਸੀ, ਇਨਕੁਆਇਰੀਜ਼ ਕੀ ਆ ਅਤੇ ਖਾਸੀਅਤ ਕੀ ਆ, ਅਤੇ ਕਿੰਨੇ ਕੁ 'ਚ ਜਿਹੜਾ ਹੈ ਕਿਸਾਨ ਨੂੰ ਇਹਦਾ ਫਾਇਦਾ ਮਿਲ ਸਕਦਾ? ਦੇਖੋ, ਫਾਇਦਾ ਤਾਂ ਇਹਦਾ ਹਰ ਕਿਸਾਨ ਭਰਾ ਨੂੰ ਹੀ ਆ, ਜੋ ਇਹਨਾਂ ਨੂੰ ਖਰੀਦਦਾ ਕਿਸਾਨ ਭਰਾ, ਉਹ ਅੱਗੇ ਆਪਣਾ ਜੋ ਹੈਗਾ ਰੈਂਟ ਦੇ ਉੱਪਰ ਇਹਦਾ ਕੰਮ ਕਰਦਾ ਗਾ। ਸੋ ਕਾਫੀ ਕਿਸਾਨਾਂ ਦਾ ਵਧੀਆ ਰਿਸਪੋਂਸ ਆਇਆ, ਕੁਛ ਬੁਕਿੰਗ ਵੀ ਹੋਈਆਂ ਨੇਗੀਆਂ ਇੱਥੇ ਜੋ ਮੇਲੇ ਦੇ ਦੌਰਾਨ ਸਾਨੂੰ ਮਿਲੀਆਂ ਨੇ। ਸੋ ਅੱਗੇ ਦੀ ਅੱਗੇ ਇਸੇ ਤਰ੍ਹਾਂ, ਹਜੇ ਕੱਲ੍ਹ ਦਾ ਦਿਨ ਬਾਕੀ ਪਿਆ, ਦੇਖਦੇ ਹਾਂ ਹੋਰ ਕੀ ਬੈਸਟ ਹੁੰਦਾ ਹੈਗਾ। ਸਰਕਾਰ ਵੱਲੋਂ ਕੀ ਮੰਨਦੇ ਹੋ, ਕਿਸ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ ਆ ਤਾਂ ਕਿ ਜਿਹੜਾ ਖੇਤੀ ਦੇ ਸੰਦ ਬਣਾਉਂਦਾ, ਯਾਨੀ ਕਿਉਂਕਿ ਸਰਕਾਰ ਨੋਰਮਸ ਤੈਅ ਕਰਦੀ ਆ ਉਹਦੇ ਲਈ ਅਤੇ ਕਿਸਾਨਾਂ ਲਈ, ਖਾਸ ਕਰ ਵਿੱਚ ਕਿਵੇਂ ਪੁੱਲ ਦਾ ਕੰਮ ਕਰਦਾ? ਦੇਖੋ, ਸਰਕਾਰ ਨੂੰ ਤਾਂ ਇਹੀ ਗੁਜ਼ਾਰਿਸ਼ ਆ ਜੀ, ਕਿਸਾਨਾਂ ਨੂੰ ਹਰ ਖੇਤੀਬਾੜੀ ਸੰਦ ਦੇ ਉੱਪਰ ਵੱਧ ਤੋਂ ਵੱਧ ਸਬਸਿਡੀ ਮਿਲੇ। ਸੋ ਜ਼ਿਆਦਾ ਤੋਂ ਜ਼ਿਆਦਾ ਕਿਸਾਨ ਇਸ ਧੰਦੇ ਨੂੰ ਅਪਣਾਉਣ, ਅਤੇ ਨਵੀਂ ਜਨਰੇਸ਼ਨ ਇੰਡੀਆ ਦੀ ਬਜਾਏ ਬਾਹਰਲੀਆਂ ਕੰਟਰੀਆਂ ਨੂੰ ਜਾ ਰਹੀ ਆ, ਉਹ ਥੋੜ੍ਹੀ ਪਿੱਛੇ ਹਟੇ। ਸੋ ਇਹੀ ਗੁਜ਼ਾਰਿਸ਼ ਆ ਕਿਸਾਨਾਂ ਲਈ ਸਰਕਾਰ ਨੂੰ ਵੱਧ ਤੋਂ ਵੱਧ ਇੰਪਲੀਮੈਂਟ ਦੇ ਉੱਪਰ ਜ਼ਿਆਦਾ ਤੋਂ ਜ਼ਿਆਦਾ ਸਬਸਿਡੀ ਦੇਣੀ ਚਾਹੀਦੀ ਹੈ। ਆਉਣ ਵਾਲੇ ਦਿਨਾਂ 'ਚ ਝੋਨੇ ਦੀ ਕਟਾਈ ਦੀ ਆਪਾਂ ਗੱਲ ਕਰਦੇ ਹਾਂ, ਅਤੇ ਉਹ ਤੋਂ ਬਾਅਦ 'ਚ ਜਿਹੜੀ ਹੈਗੀ ਆ ਪਰਾਲੀ ਦੀ ਬੜੀ ਗੱਲ ਹੁੰਦੀ ਹੈ, ਉਸ ਨੂੰ ਲੈ ਕੇ ਵੀ ਕਾਫੀ ਸੰਦ ਬਣਾਏ ਗਏ ਨੇ, ਉਸ ਨੂੰ ਖਾਸ ਤੁਸੀਂ ਅਪੀਲ ਕੀ ਕਰਦੇ ਹੋ? ਸਰਕਾਰ ਨੂੰ ਇਹ ਅਪੀਲ ਆ ਜੀ, ਪਰਾਲੀ ਦੀ ਜਿਹੜੀ ਸਾਂਭ ਸੰਭਾਲ ਵਾਸਤੇ ਸਰਕਾਰ ਨੇ ਹੁਣ ਬੇਲਰ ਐਂਡ ਸੁਪਰ ਸੀਡਰ ਪਰਾਲੀ ਵਾਲੇ ਜੋ ਇੰਪਲੀਮੈਂਟ ਨੇ, ਉਹਨਾਂ 'ਤੇ ਸਬਸਿਡੀ ਦਿੱਤੀ ਆ, ਪਰ ਉਹਦੇ ਵਿੱਚ ਸਬਸਿਡੀ ਬਹੁਤ ਹਜੇ ਥੋੜ੍ਹੀ ਨਿਕਲੀ ਆ। ਬਹੁਤ ਕਿਸਾਨ ਭਰਾ ਨੇ ਜਿਨ੍ਹਾਂ ਨੂੰ ਸਬਸਿਡੀਆਂ ਨਹੀਂ ਵੀ ਮਿਲੀਆਂ, ਠੀਕ ਆ। ਸੋ ਇਹੀ ਗੁਜ਼ਾਰਿਸ਼ ਆ ਵੀ ਸਬਸਿਡੀ ਦੀ ਡੇਟ ਜਲਦ ਤੋਂ ਜਲਦ ਅਨਾਊਂਸ ਕਰਨ, ਅਤੇ ਕਣਕ ਦੀ ਬਿਜਾਈ ਤੋਂ ਪਹਿਲਾਂ ਉਹ ਕਿਸਾਨ ਭਰਾ ਜੋ ਸਬਸਿਡੀ ਤੋਂ ਵਾਂਝੇ ਰਹਿ ਗਏ ਇੰਪਲੀਮੈਂਟ ਲੈਣ ਤੋਂ, ਉਹਨਾਂ ਨੂੰ ਇੰਪਲੀਮੈਂਟ ਪ੍ਰਦਾਨ ਹੋਣ।
ਕਿ ਤੁਹਾਨੂੰ ਜੀ ਥੈਂਕ ਯੂ ਸਰ। ਸਾਨੂੰ ਇਹ ਸਨ ਦਸ਼ਮੇਸ਼ ਤੋਂ ਅਮਰਜੀਤ ਜੀ, ਜਿਹੜੇ ਕਿ ਕਹਿਣਾ ਹੈ ਕਿ ਸਰਕਾਰ ਤੋਂ ਵੀ ਕਾਫੀ ਉਮੀਦਾਂ ਨੇ ਕਿ ਸਰਕਾਰ ਨੂੰ ਵੀ ਕਾਫੀ ਉਪਰਾਲੇ ਕਰਨੇ ਚਾਹੀਦੇ ਨੇ। ਸੋ ਨਵੀਂ ਟੈਕਨੋਲੋਜੀਆਂ ਲੈ ਕੇ ਜਿਹੜੇ ਨੇ ਉਹ ਮੇਲੇ ਦੇ ਵਿੱਚ ਪਹੁੰਚੇ ਨੇ। ਜਿੱਥੇ ਪੰਜਾਬ ਤੋਂ ਕਿਸਾਨ ਪਹੁੰਚੇ ਨੇ ਉੱਥੇ ਹਰਿਆਣਾ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਸ ਮੇਲੇ ਦੇ ਵਿੱਚ ਲਾਭ ਲੈਣ ਲਈ ਪਹੁੰਚੇ ਨੇ। ਚੜ੍ਹਦੀ ਕਲਾ ਟਾਈਮ ਟੇਬਲ ਮੈਂ ਨੀਟ ਸਤੀਸ਼ ਕੁਮਾਰ ਸਿੰਘ ਜੀ ਦੇ ਨਾਲ ਰਾਜਪੁਰਾ।